ਪਲੀਜ਼ ਫੋਰਗਿਵ ਮਾਈ ਵੈਰੀ ਪੂਅਰ ਪੰਜਾਬੀ। ਮਾਤਾ ਜੀ, ਇਹ ਦੱਸੋ ਕਿ ਆਪਰੇਸ਼ਨ ਕਰਵਾਉਣ ਦੇ ਬਾਅਦ ਠੀਕ ਲੱਗ ਰਿਹਾ ਜਾਂ ਠੀਕ ਨਹੀਂ ਲੱਗ ਰਿਹਾ? ਹਾਂਜੀ, ਠੀਕ ਲੱਗ ਰਿਹਾ। ਪਹਿਲੇ ਚੱਲ ਸਕਦੇ ਸੀ ਤੁਸੀਂ ਜਾਂ ਨਹੀਂ ਤੁਰ ਸਕਦੇ ਸੀ? ਨਹੀਂ ਜੀ, ਥੋੜ੍ਹਾ ਤੁਰਿਆ ਜਾਂਦਾ ਸੀ ਅੰਦਰ ਬਾਹਰ ਬਸ। ਪੀੜ ਜ਼ਿਆਦਾ ਹੁੰਦੀ ਸੀ ਪਹਿਲੇ? ਹਾਂਜੀ, ਪੀੜ ਨਹੀਂ ਸੀ ਤੁਰਿਆ। ਅਤੇ ਹੁਣ ਤੁਸੀਂ ਬਿਨਾਂ ਵਾਕਰ ਦੇ ਤੁਰ ਰਹੇ ਹੋ, ਕਿੰਨੇ ਦਿਨ ਹੋ ਗਏ ਤੁਹਾਨੂੰ ਆਪਰੇਸ਼ਨ ਨੂੰ? ਹਾਂਜੀ, 17 ਦਿਨ ਹੋ ਗਏ ਨੇ, ਅਤੇ ਵਾਕਰ ਤੋਂ ਬਿਨਾਂ ਹਲੇ ਡਰਦੀ ਨਹੀਂ ਚੱਲਦੀ, ਪਈ ਲੱਤਾਂ ਕੰਬਣ ਲੱਗ ਜਾਂਦੀਆਂ। ਪਰ ਪਹਿਲੇ ਨਾਲੋਂ ਦਿਨ ਤੇ ਦਿਨ ਲੱਤਾਂ ਵਿੱਚ ਤਾਕਤ ਆ ਰਹੀ ਹੈ? ਹਾਂਜੀ ਹਾਂਜੀ। ਆਪ ਬਤਾਈਏ, ਆਪਨੇ ਆਪਰੇਸ਼ਨ ਕਰਾਇਆ ਇਨਕਾ, ਆਪਣੀ ਮਾਤਾ ਜੀ ਕਾ, ਕਿਆ ਸੋਚ ਕਰ ਔਰ ਆਪਕੋ ਕੈਸਾ ਰਹਾ ਹੋਸਪਿਟਲ ਮੇਂ ਐਕਸਪੀਰੀਅੰਸ? ਆਪ ਪਰੇਸ਼ਾਨ ਰਹੇ ਜਾਂ ਯਹਾਂ ਪਰ ਸਭ ਕੁਛ ਅੱਛਾ ਰਹਾ ਜਾਂ ਕੋਈ ਕਮੀਆਂ ਹੈ ਤੋ ਪਲੀਜ਼ ਹਮੇ ਬਤਾਈਏ। ਨਹੀਂ ਡਾਕਟਰ ਸਾਹਿਬ, ਬਿਲਕੁਲ ਅੱਛਾ ਰਿਹਾ, ਸਾਡਾ ਪ੍ਰੇਮ ਪਿਆਰ ਤੁਹਾਡੇ ਤੋਂ ਕਾਫੀ ਪੁਰਾਣਾ ਸੀ, ਇਸ ਕਰਕੇ ਅਸੀਂ ਕਿਸੇ ਦੀ ਰਹਿ ਨਹੀਂ ਲਈ, ਨਾ ਕਰਨਾਲ 'ਚ, ਨਾ ਦਿੱਲੀ, ਨਾ ਚੰਡੀਗੜ੍ਹ, ਸਿੱਧਾ ਤੁਹਾਡੇ ਕੋਲ ਆਏ ਸਾਂ। ਤੁਸੀਂ ਫਿਰ ਆਪਣਾ ਇਹਨਾਂ ਕੋਲ ਭੇਜਿਆ ਡਾਕਟਰ ਸਾਹਿਬ ਕੋਲ, ਰਾਧਾ ਰਮਨ ਜੀ ਕੋਲ, ਅਤੇ ਬਿਲਕੁਲ ਵਧੀਆ 8 ਦਿਨ ਸਾਫ਼ ਸਫਾਈ, ਬਿਲਕੁਲ ਵਧੀਆ ਹੋਇਆ ਆਪਰੇਸ਼ਨ, ਅਤੇ ਮਾਤਾ ਸਾਡੀ ਬਿਲਕੁਲ ਠੀਕ ਹੈ। 15 ਸਾਲ ਤੋਂ ਤੰਗ ਸੀ, ਅਤੇ ਹੁਣ ਤਾਂ 5 ਸਾਲ ਤੋਂ ਬਿਲਕੁਲ ਹੀ ਮੰਜੀ 'ਤੇ ਬਹਿ ਗਏ ਹਨ, ਅਤੇ ਬਿਲਕੁਲ ਨਹੀਂ ਚੱਲਿਆ ਫਿਰਿਆ ਜਾਂਦਾ, ਅਤੇ ਇਸ ਟਾਈਮ 65 ਸਾਲ ਦੀ ਉਮਰ 'ਤੇ ਬਿਲਕੁਲ ਠੀਕ ਠਾਕ ਨੇ, ਉਦੋਂ ਦੇ ਵਧੀਆ ਘਰ ਚੱਲਦੇ ਪਏ ਨੇ। ਮੇਰੇ ਸਾਥ ਡਾਕਟਰ ਰਾਧਾ ਰਮਨ ਹੈ, ਜੋ ਬਤਾਏਂਗੇ ਕਿ ਇਹ ਆਪਰੇਸ਼ਨ ਇੱਕ ਬਹੁਤ ਹੀ ਟਫ ਆਪਰੇਸ਼ਨ ਥਾ, ਕਿਉਂਕਿ ਇੱਕ ਤੋਂ ਪੇਸ਼ੈਂਟ ਕੋ ਕਾਲਾ ਪੀ ਲਿਆ, ਯਾਨੀ ਕਿ ਹੈਪੇਟਾਈਟਿਸ ਸੀ ਵੀ ਥਾ, ਔਰ ਆਪਰੇਸ਼ਨ ਕੇ ਟਾਈਮ ਮੇਂ ਕਿਆ ਚੈਲੇਂਜਿਸ ਆਏ, ਇਨਕੀ ਕਿਆ ਹੱਡੀਆਂ ਠੀਕ ਥੀ ਜਾਂ ਬਹੁਤ ਜ਼ਿਆਦਾ ਕਮਜ਼ੋਰ ਥੀ? ਨਹੀਂ, ਹੱਡੀਆਂ ਕੀ ਕੁਆਲਿਟੀ ਤੋਂ ਠੀਕ ਥੀ, ਲੇਕਿਨ ਚੂੰਕਿ ਇਹਨਾਂ ਨੇ ਸਰਜਰੀ ਕਾਫੀ ਡਿਲੇ ਕਰਾਈ, ਇਸ ਵਜ੍ਹਾ ਸੇ ਜੋ ਡਿਫੋਰਮਿਟੀ ਥੀ ਨੀ ਮੇਂ, ਉਹ ਕਾਫੀ ਜ਼ਿਆਦਾ ਥੀ। ਇੱਕ ਤਰਫ ਆਲਮੋਸਟ 30 ਡਿਗਰੀ ਕਾ ਵਾਇਰਸ, ਜਿਸਕੋ ਹਮ ਕਹਤੇ ਹੈ, ਨੀ ਮੇਂ 30 ਡਿਗਰੀ ਕਾ ਵਾਇਰਸ ਡਿਫੋਰਮਿਟੀ ਥਾ, ਜਿਸਕੇ ਚਲਤੇ ਕਾਫੀ ਜ਼ਿਆਦਾ ਹਮੇ ਸੋਫਟ ਟਿਸ਼ੂ ਰਿਲੀਜ਼ ਕਰਨੇ ਪੜਤੇ ਹੈ, ਤਾਂਕਿ ਪਰਫੈਕਟ ਸੋਫਟ ਟਿਸ਼ੂ ਬੈਲੈਂਸ ਹੋ ਪਾਏ। ਔਰ ਅੱਛੀ ਸੋਫਟ ਟਿਸ਼ੂ ਬੈਲੈਂਸਿੰਗ ਕਾ ਹੀ ਨਤੀਜਾ ਹੈ ਕਿ ਇਹ ਬਿਨਾਂ ਵਾਕਰ ਕੇ ਆਪਰੇਸ਼ਨ ਕੇ ਇਤਨੇ ਕਮ ਦਿਨੋਂ ਮੇਂ ਇਤਨੇ ਅੱਛੇ ਸੇ ਚੱਲ ਪਾ ਰਹੀ ਹੈ। ਤੋ ਥੈਂਕ ਯੂ ਡਾਕਟਰ ਰਮਨ, ਔਰ ਇਹ ਮੈਸੇਜ ਹੈ ਉਨ ਸਭ ਲੋਗੋਂ ਕਾ, ਸਪੈਸ਼ਲੀ ਲੇਡੀਜ਼, ਬਜ਼ੁਰਗ ਲੇਡੀਜ਼, ਬਜ਼ੁਰਗ ਆਦਮੀ, ਜਿਨਕੋ ਚਲਨੇ ਮੇਂ ਮੁਸ਼ਕਿਲ ਹੋ ਰਹੀ ਹੈ ਖਰਾਬ ਘੁਟਨੋ ਕੇ ਕਾਰਨ, ਵੇ ਆਪਣੇ ਘੁਟਨੋ ਕਾ ਆਪਰੇਸ਼ਨ ਕਿਸੀ ਵੀ ਅੱਛੇ ਔਰਥੋਪੀਡਿਕ ਸੈਂਟਰ ਮੇਂ ਕਰਾ ਸਕਤੇ ਹੈ। ਪੂਰਾ ਘੁਟਨਾ ਚੇਂਜ ਨਹੀਂ ਹੋਤਾ, ਉਸਕੇ ਉੱਪਰ ਕੀ ਜੋ ਕਵਰਿੰਗ ਹੈ ਵੋ ਨਹੀਂ ਲਗਾ ਦੀ ਜਾਤੀ ਹੈ, ਉਸਸੇ ਪੇਨ ਖਤਮ ਹੋ ਜਾਤਾ ਹੈ ਔਰ ਚਲਨਾ ਫਿਰਨਾ ਸਭ ਕੁਛ ਬਿਲਕੁਲ ਆਪਕੀ ਜਵਾਨੀ ਲਗਭਗ ਲੌਟ ਆਤੀ ਹੈ। ਥੈਂਕ ਯੂ।